ਕਿ ਵਾਧੇ ਨਹੀਂ, ਵਾਹ ਜੀ ਵਾਹ, ਆਊਟ ਕਲਾਸ ਜਾਨਵਰ ਜੀ, ਗੋਦੀ ਨਾਂ ਹੈ ਜਾਨਵਰ ਦਾ ਜੀ, ਅਤੇ ਤੁਹਾਡਾ ਕੀ ਨਾਂ ਹੈ? ਰਹਿਮਾਨ ਖਾਨ ਸਾਹਿਬ ਆਫ ਚਕਵਾਲ, ਅਤੇ ਪਹਿਲੇ ਮੈਚ ਵਿਨ ਕੀਤੇ ਆ ਕੋਈ? ਵਾਹ, ਤਿੰਨ ਮੈਚ ਵਿਨ ਨੇ ਜੀ, ਬੜੀਆਂ ਬਰੀਕੀਆਂ ਨੇ ਜਾਨਵਰ ਕੋਲ, ਅਤੇ ਤਿੰਨ ਮੈਚ ਪਹਿਲੇ ਵਿਨਰ ਹੈ, ਅਤੇ ਅੱਜ ਇਹ ਉੱਤੇ ਥੱਲੇ ਜਾਂ ਫਿਕਸ ਹੈ? ਸਭ ਅੰਕਲ ਮੁਝੇ ਉਮੀਦ ਹੈ ਕਿ ਆਪ ਵਲੌਗ ਬਿਲਕੁਲ ਠੀਕ ਹੋਗੇ, ਤੋ ਹਮਾਰੇ ਵੀਡੀਓ ਕੋ ਲਾਈਕ ਕਰੇ, ਸਬਸਕ੍ਰਾਈਬ ਕਰੇ ਔਰ ਬੈਲ ਕੀ ਘੰਟੀ ਕੋ ਕਲਿੱਕ ਕਰੇ, ਬਹੁਤ ਬਹੁਤ ਸ਼ੁਕਰੀਆ। ਆਪ ਹਮਾਰੇ ਵੀਡੀਓ ਦੇਖਤੇ ਪਾ ਲਾਈਕ ਐਂਡ ਸਬਸਕ੍ਰਾਈਬ ਨਹੀਂ ਕਰਤੇ, ਤੋ ਹਮਾਰੇ ਵੀਡੀਓ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ, ਬਹੁਤ ਬਹੁਤ ਸ਼ੁਕਰੀਆ। ਕੰਨਾਂ ਤੇ ਆ ਕੇ ਕੰਮ ਰਹਿੰਦਾ ਪਿਆ, ਕੰਨ ਪਤਾ ਨਹੀਂ ਕਿਹਦੇ ਕੋਲ ਵਢਾ ਲਿਆ ਯਾਰ, ਦੋਵਾਂ ਦੇ ਇੰਜੀ ਵੜਾ, ਐਡਾ ਸੋਹਣਾ ਜਾਨਵਰ ਯਾਰ, ਕੀ ਬਾਤ ਹੈ ਯਾਰ। ਇਹ ਗੱਲ ਕੀਤੀ ਆ, ਇਹ ਨਾਈ ਨੇ ਕੰਨ ਵੱਡੇ ਨੇ ਜੀ, ਇਹ ਰਾਜਾ ਨਿਵਾਸ ਸਾਹਿਬ ਨੇ ਕੰਨ ਵੱਡੇ ਨੇ, ਜਾਨਵਰ ਬੜੀ ਖੂਬਸੂਰਤ ਜੀ, ਕੰਨ ਹੁਣ ਵੱਢ ਛੜੇ ਨੇ, ਨਿੱਕੇ ਨੇ ਦੱਸ ਛੜਿਆ ਯਾਰ, ਗਲਤੀ ਹੋ ਗਈ ਸਾਡੇ ਕੋਲੋਂ, ਅਸੀਂ ਆਪਣੇ ਪਿੰਡ ਦੇ ਨਾਈ ਕੋਲ ਵਢਾਏ ਨੇ, ਅਜਾਜ ਕੀ ਨੇ ਅਜਾਜ, ਅੱਗੇ ਬਾਲਾਂ ਦੀਆਂ ਸੁਣਤਾ ਕਰਦਾ ਸੀ ਜੀ, ਹੁਣ ਉਹ ਕੰਨ ਵਢਾਉਣ ਲੱਗੇ ਨੇ ਉਹਨਾਂ ਨੇ। ਤੁਸੀਂ ਜਾਣ ਕੇ ਕੰਨ ਗਲਤ ਵੱਡੇ ਨੇ ਜੀ। ਜਾਨਵਰ ਕਿਹੜੀ ਜਗ੍ਹਾ ਤੋਂ ਆਇਆ ਸਰ? ਚਕਵਾਲ ਤੋਂ ਜੀ, ਕਿਹੜੇ ਗਰੁੱਪ ਵੱਲੋਂ? ਲਾਹੌਰ ਗਰੁੱਪ ਵੱਲੋਂ ਜੀ, ਚਕਵਾਲ ਤੋਂ ਭਾਈ ਜੀ ਆਏ ਨੇ। ਮਾਲਕ ਦਾ ਕੀ ਨਾਂ ਹੈ? ਖਾਨ ਰਸ਼ੀਦ ਖਾਨ। ਤੇ ਜਾਨਵਰ ਦਾ? ਗੋਦੀ। ਗੋਦੀ ਜਾਨਵਰ ਦਾ ਨਾਂ ਹੈ ਜੀ। ਹਾਈਟ ਇਹਦੀ 32 ਹੈ ਕਿ ਵਾਧੇ? ਵਾਹ ਜੀ ਵਾਹ, ਆਊਟ ਕਲਾਸ ਜਾਨਵਰ ਜੀ, ਗੋਦੀ ਨਾਂ ਹੈ ਜਾਨਵਰ ਦਾ ਜੀ, ਤੇ ਤੁਹਾਡਾ ਕੀ ਨਾਂ ਹੈ? ਰਹਿਮਾਨ ਖਾਨ ਸਾਹਿਬ ਆਫ ਚਕਵਾਲ, ਅਤੇ ਪਹਿਲੇ ਮੈਚ ਵਿਨ ਕੀਤੇ ਆ ਕੋਈ? ਵਾਹ, ਤਿੰਨ ਮੈਚ ਵਿਨ ਨੇ ਜੀ, ਬੜੀਆਂ ਬਰੀਕੀਆਂ ਨੇ ਜਾਨਵਰ ਕੋਲ, ਅਤੇ ਤਿੰਨ ਮੈਚ ਪਹਿਲੇ ਵਿਨਰ ਹੈ, ਅਤੇ ਅੱਜ ਇਹ ਉੱਤੇ ਥੱਲੇ ਵੇ ਜਾਂ ਫਿਕਸ ਹੈ? ਥੱਲੇ ਕਿਹੜੇ ਨੰਬਰ 'ਤੇ ਕੋਈ? ਅੱਛਾ, ਦੇਣਾ ਥੱਲੇ ਵੇ ਮਤਲਬ ਕਿਸੇ ਨੰਬਰ 'ਤੇ ਵੀ ਆ? ਹਾਂ, ਜਿਸ ਟਾਈਮ ਵੀ। ਵਾਹ ਜੀ ਵਾਹ, ਕੀ ਬਾਤ, ਤੁਹਾਡਾ ਕੀ ਨਾਂ ਹੈ? ਰਹਿਮਾਨ ਖਾਨ ਸਾਹਿਬ ਜੀ, ਜਨਾਬ ਜਾਨਵਰ ਬੜੀ ਪਿਆਰਾ ਜੀ, ਇਹਨਾਂ ਦਾ ਸ਼ੌਕ ਸ਼ਿਕਾਰ ਜੀ, ਚਕਵਾਲ ਤੋਂ ਆਏ ਨੇ, ਅਤੇ ਪਾਕ ਲਾਹੌਰ ਗਰੁੱਪ ਦੀ ਤਰਫੋਂ ਜਾਨਵਰ ਮੌਜੂਦ ਹੈ ਗਰਾਊਂਡ 'ਚ, ਗੋਦੀ ਅਤੇ ਚੱਕ ਕਾਲਮ ਜਨਾਬ ਇਹ ਗਰਾਊਂਡ ਹੈ, ਪਾਕ ਲਾਹੌਰ ਗਰੁੱਪ ਬਾ ਮੁਕਾਬਲਾ ਦਨ ਪਟਵਾਰ ਗਰੁੱਪ ਜੀ, ਬੜਾ ਵੱਡਾ ਮੈਚ ਅਤੇ ਬੜੇ ਵੱਡੇ ਜਾਨਵਰ ਜੀ, ਇਹ 32 ਪਲੱਸ ਹੈ, ਘੱਟ ਨਹੀਂ, 32 ਤੋਂ ਜ਼ਿਆਦਾ, ਅਤੇ ਬਹੁਤ ਹੀ ਆਊਟ ਕਲਾਸ ਜਾਨਵਰ, ਅਤੇ ਤੁਸੀਂ ਨਾਲ ਆਇਓ ਜਾਨਵਰ ਦੇ? ਅੱਛਾ, ਵੇਖਣ ਆਇਓ, ਠੀਕ ਹੈ, ਕੀ ਬਾਤ ਹੈ ਜੀ। ਚਕਵਾਲ ਵਾਲਿਆਂ ਦਾ ਸ਼ੌਕ ਸ਼ਿਕਾਰ ਪਸੰਦ ਆਵੇ ਜੀ, ਅਤੇ ਕਮੈਂਟ 'ਚ ਜ਼ਰੂਰ ਦੱਸੋ, ਤਾਂ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇ, ਔਰ ਮਜ਼ੀਦ ਜਾਨਵਰ ਨੂੰ ਅੱਛੀ ਤਰ੍ਹਾਂ ਜਨਾਬ ਇਹ ਸੰਭਾਲਣ। ਮਾੜਾ ਜਾਨਵਰ ਗਰਾਊਂਡ 'ਚ ਕੋਈ ਨਹੀਂ ਆਉਂਦਾ, ਔਰ ਇਹ ਬੜਾ ਵੱਡਾ ਮੈਚ, ਇੱਥੇ ਸਾਰੇ ਜਾਨਵਰ ਹੀ ਅਪਗ੍ਰੇਡ ਨੇ। ਗੋਦੀ ਜਾਨਵਰ ਦਾ ਨਾਂ ਹੈ ਜੀ। ਉਮਰ ਕਿੰਨੀ ਸੂ? ਉਮਰ 6 ਸਾਲ। ਉਮਰ 6 ਸਾਲ ਹੈ ਜੀ, ਅਤੇ ਗੋਦੀ ਨਾਂ ਹੈ ਜੀ, ਅਤੇ ਬੜਾ ਹੱਡ ਪੈਰ ਵਾਲਾ ਜਾਨਵਰ ਹੈ। ਗੇਮ ਕਿਵੇਂ ਦੀ ਹੈ? ਜ਼ਿਆਦਾ ਸਿਰ ਦੀ ਹੈ, ਜ਼ਿਆਦਾ ਸਿਰ 'ਤੇ। ਵਾਹ ਜੀ,
ਹਾਜੀ ਸਾਹਿਬ ਲੱਗਦਾ 5 ਕੁ ਸਾਲ ਦਾ ਇਤਨਾ ਹੀ ਲੱਗਦਾ ਇੰਨੀ ਨਹੀਂ ਹੋ ਸਕਦੀ ਉਮਰ ਇਹ ਇੱਕ ਸੀਜ਼ਨ ਵਿੱਚ ਕਿੰਨੇ ਮੈਚ ਲੜਿਆ ਜ਼ਿਆਦਾ ਜ਼ਿਆਦਾ ਠੀਕ ਹੈ ਤੇ ਹੁਣ ਇਹਦਾ ਮੈਚ ਚੌਥਾ ਅੱਜ ਚੌਥਾ ਮੈਚ ਹੈ ਬਸ ਇੰਨੀ ਉਮਰ ਹੋਣੀ ਹੈ 5 ਸਾਲ ਹੋ ਗਏ ਲਓ ਜੀ ਬੜੇ ਸੋਹਣਾ ਜਾਨਵਰ ਹੈ ਜੀ ਸ਼ਿਕਾਰੀ ਭਰਾਵਾਂ ਨੂੰ ਇਹ ਜਨਾਬ ਇਹਨਾਂ ਦਾ ਸ਼ੌਕ ਸ਼ਿਕਾਰ ਪਸੰਦ ਆਏਗਾ ਕਿ ਚਕਵਾਲੀਆਂ ਦਾ ਸ਼ੌਕ ਵੈਸੇ ਹੀ ਬੜਾ ਟਾਪ ਦਾ ਜੀ ਭਾਵੇਂ ਉਹ ਘੋੜਿਆਂ ਦਾ ਭਾਵੇਂ ਉਹ ਬੈਲਾਂ ਦਾ ਭਾਵੇਂ ਉਹ ਕੁੱਤਿਆਂ ਦਾ ਸ਼ੌਕ ਸ਼ਿਕਾਰ 'ਚ ਨੰਬਰ ਪਹਿਲਾ ਖਿੱਤਾ ਪਟਵਾਰ ਆਊਟ ਕਲਾਸ ਜਾਨਵਰ ਜੀ ਗੋਦੀ ਨਾ ਬੜਾ ਅਜੀਬ ਰੱਖਿਆ ਜੇ ਹਾਂ ਕਿਉਂ ਜੀ ਤੁਸੀਂ ਰੱਖਿਆ ਕੀ ਨਾਂ ਹੈ ਤੁਹਾਡਾ ਫਲਕ ਸ਼ੇਰ ਸਾਹਿਬ ਜੀ ਪਿੰਡ ਕਿਹੜਾ ਜੇ ਡਿੰਗਾ ਤਸੀਰ ਪਿੰਡੀ ਪਟੀਆਂ ਅੱਛਾ ਅੱਛਾ ਇਹ ਤੁਸੀਂ ਕੀ ਤੁਮ ਦੱਸ ਰੋ ਕੇ ਗੋਦੀ ਰੱਖੋ ਹੈ ਬੱਚਾ ਇਹਨਾਂ ਦਿੱਤਾ ਸੀ ਬੱਚਾ ਅੱਛਾ ਅੱਛਾ ਇਹ ਜਾਨਵਰ ਯਾਰ ਉਹ ਨਿੱਕਾ ਪਿੰਡ ਨੀ ਉੱਥੋਂ ਹੈ ਅੱਛਾ 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 ਵਾਹ ਲਓ ਜੀ ਇਹ ਸਾਡੀ ਛੋਟੀ ਜਿਹੀ ਵੀਡੀਓ ਜੀ ਬੜਾ ਫੇਮਸ ਜਾਨਵਰ ਹੈ ਜੀ ਇਹ ਪਸੰਦ ਆਵੇ ਤਾਂ ਕਮੈਂਟ 'ਚ ਜ਼ਰੂਰ ਦੱਸਿਆ ਜੇ ਅਤੇ ਅਗਲੀ ਵੀਡੀਓ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਜੀ ਅਤੇ ਜਾਨਵਰ ਜਿਹੜਾ ਨਾ ਬਰੀਕੀਆਂ ਵੇਖੋ ਜਾਨਵਰ ਦੀਆਂ ਜੀ ਕਲੋਜ਼ ਕੈਮਰਾ ਮਾਰਦੇ ਹਾਂ ਵਾਹ ਉਹਦਾ ਕੱਦ ਕਿੰਨਾ ਜੇ ਆਹੋ ਇੱਧਰੋਂ ਤੱਕੋ ਕਿਆ ਬਾਤ ਹੈ ਜੀ ਲਓ ਜੀ ਅਗਲੀ ਵੀਡੀਓ ਹਾਜ਼ਰ ਹੋਵਾਂਗੇ ਤਾਂ ਛੋਟੀ ਜਿਹੀ ਮੇਰੀ ਰਿਕੁਐਸਟ ਹੁੰਦੀ ਹੈ ਭਰਾ ਕੰਜੂਸੀ ਕਰ ਜਾਂਦੇ ਨੇ ਲੇਕਿਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖ ਲੈਂਦੇ ਨੇ ਅਤੇ ਬਰਾਏ ਮਿਹਰਬਾਨੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਅਗਰ ਤੁਸੀਂ ਅੱਛੀਆਂ ਵੀਡੀਓ ਦੇਖਣੀਆਂ ਤਾਂ ਇਸ ਚੈਨਲ 'ਤੇ ਮਾੜੀ ਵੀਡੀਓ ਕੋਈ ਨਹੀਂ ਅਪਲੋਡ ਹੁੰਦੀ ਅੱਛੀਆਂ ਸ਼ਿਕਾਰੀਆਂ ਦੀ ਇੰਟਰਵਿਊ ਅਤੇ ਅੱਛੇ ਜਾਨਵਰ ਅਪਲੋਡ ਹੁੰਦੇ ਨੇ ਸਿਆਲ ਡੇਲੀ ਵਲਾਗ ਔਰ ਡੋਗਸ ਟੀ ਵੀ ਟੂ ਵੀ ਚੈਨਲ ਹੈ ਮੇਰਾ ਅਤੇ ਸਿਆਲ ਡੇਲੀ ਵਲਾਗ ਦੋਨਾਂ ਚੈਨਲਾਂ 'ਤੇ ਵੀਡੀਓ ਅਪਲੋਡ ਹੁੰਦੀਆਂ ਲਓ ਜੀ ਅੱਲਾ ਹਾਫਜ਼।